ਤੁਸੀਂ ਆ ਨੇਚਰ ਦੀਪ ਵਰਤਿਆ ਤੇ ਤੁਹਾਨੂੰ ਕਿਸ ਤਰ੍ਹਾਂ ਵਰਤਿਆ ਤੇ ਦੱਸੋ ਮਾੜਾ ਜਿਹਾ ਜਾਣਕਾਰੀ ਦਿਓ ਜੀ। ਬਾਈ ਜੀ ਅਸੀਂ ਸਾਰਿਆਂ ਨਾਲੋਂ ਪਹਿਲਾਂ ਇਹਨੂੰ ਜੋਰਬੇ ਦੇ ਨਾਲ ਛਿੱਟਾ ਲਾ ਕੇ ਵਰਤਿਆ ਸੀਗਾ। ਠੀਕ ਹੈ ਜੀ। ਤੇ ਜਾਨੀ ਕਰ ਜਿਹੜੇ ਅਸੀਂ ਜ਼ਮੀਨ ਦੇ ਵਿੱਚ ਵਰਤਿਆ ਨੇਚਰ ਦੀਪ, ਹਾਂਜੀ, ਉਹਦੇ ਨਾਲ ਸਾਡੀ ਕਣਕ ਦੀ ਗਰੋਥ ਵੀ ਜ਼ਿਆਦਾ ਹੋਈ ਆ ਤੇ ਜੜ ਵੀ ਵਧੀਆ ਬਣੀ ਹੈ। ਠੀਕ ਹੈ। ਜਿਹੜੇ ਤੇ ਨਹੀਂ ਵਰਤਿਆ ਹੈਗਾ ਉਸ ਦੀ ਇਹ ਜਰਮੀਨੇਸ਼ਨ ਤੇ ਜੋ ਵੀ ਗਰੋਥ ਹੋਈ ਆ ਉਹਦੀ ਇੰਨੀ ਹੋਈ ਆ। ਨੇਚਰ ਦੀ ਵਰਤ ਨਾਲ ਸਾਡਾ ਇਹ ਫਾਇਦਾ ਰਿਹਾ ਵੀ ਅਸੀਂ ਕਣਕ ਤੇ ਹੋਰ ਕੋਈ ਵੀ ਗਰੋਥ ਵਾਲੀ ਜਾਂ ਕੋਈ ਵੀ ਤਾਕਤ ਵਾਲੀ ਕੋਈ ਸਪਰੇਅ ਨਹੀਂ ਕੀਤੀ ਜੀ। ਨੇਚਰ ਦੀ ਵਰਤਣ ਦੇ ਨਾਲ ਸਾਡੇ ਇਹ ਕਣਕ ਨੇ ਗਰੋਥ ਵੀ ਜ਼ਿਆਦਾ ਕੀਤੀ ਆ ਤੇ ਇਸ ਨੇ ਆਪਣਾ ਪੌਦਾ ਵੀ ਇਹਦੇ ਜੜ੍ਹ ਕਿੰਨੇ ਦਿਨਾਂ ਵਿੱਚ ਤੁਹਾਨੂੰ ਫਰਕ ਲੱਗਾ ਜੀ ਇਹਦਾ? ਇੱਥੇ ਜੀ ਬਾਈ ਜੀ ਸਾਨੂੰ ਮੰਨ ਕੇ ਚੱਲੋ ਮਹੀਨੇ ਕੁ ਦੇ ਵਿੱਚ ਤਾਂ ਜਾਨੀ ਕਰ ਪੂਰਾ ਫਰਕ ਸਾਨੂੰ ਪਤਾ ਲੱਗਿਆ ਵੀ ਇਹਨੇ ਇੰਨਾ ਬੈਨੀਫਿਟ ਦਿੱਤਾ। ਠੀਕ ਹੈ, ਠੀਕ ਹੈ। ਤੇ ਹੁਣ ਤੁਸੀਂ ਮਤਲਬ ਆਪਣਾ ਪਿੰਡ ਪਿੰਡ ਬਾਈ ਜੀ ਮੇਰਾ ਹੈਗਾ ਪਿੰਡ ਦੱਲੂ ਵਾਲਾ, ਨਾਮ ਮੇਰਾ ਹੈਗਾ ਗੁਰਜੀਤ ਸਿੰਘ ਤੇ ਫੋਨ ਨੰਬਰ ਮੇਰਾ ਹੈਗਾ 99683 59 816। ਤੇ ਤੁਸੀਂ ਹੁਣ ਗਾਂਹ ਜ਼ਿਮੀਂਦਾਰਾਂ ਨੂੰ ਕੀ ਸਲਾਹ ਦਿੰਦੇ ਜੀ ਇਹਦੇ ਬਾਰੇ? ਅਸੀਂ ਵੀ ਗਾਂਹ ਜ਼ਿਮੀਂਦਾਰ ਭਰਾਵਾਂ ਨੂੰ ਇਹੀ ਸਲਾਹ ਦਿੰਦੇ ਹਾਂ ਬਈ ਤੁਸੀਂ ਜਿਹੜਾ ਇਹ ਨੇਚਰ ਦੀ ਪ੍ਰੋਡਕਟ ਆ ਉਹ ਤੁਸੀਂ ਬਾਹਲਾ ਨਹੀਂ ਤਾਂ ਇੱਕ ਇੱਕ ਕਿੱਲੇ 'ਤੇ ਲਾ ਜੂਗਾ ਸੋਮੇਟੋਮੋ ਕੰਪਨੀ ਦਾ। ਠੀਕ ਹੈ, ਨੇਚਰ ਦੀ ਪ੍ਰੋਡਕਟ ਹੈ ਤਾਂ ਇਸ ਚੀਜ਼ ਤੋਂ ਤੁਸੀਂ ਪੂਰੇ ਸੰਤੁਸ਼ਟ ਹੋਣ ਜਾਣੀ? ਅਸੀਂ ਪੂਰੇ ਖੁਸ਼ ਹਾਂ ਬਾਈ ਜੀ। ਬਹੁਤ ਬਹੁਤ ਧੰਨਵਾਦ। ਧੰਨਵਾਦ, ਥੈਂਕ ਯੂ।